ਹੁਣ ਅੱਛੇ ਤਰੀਕੇ ਨਾਲ ਨਾ ਬਣ ਸੀ ਨਾ, ਖੂਨ ਵੀ ਨਿਕਲਣ ਲੱਗ ਗਿਆ ਸਾਹਮਣੇ ਜੀ ਆਏ। ਅਭੀ ਮਜ਼ਾ ਆਏਗਾ ਨਾ ਵੀਡੀਓ। ਮਨ ਨਸੀਮ ਤੋਂ ਸਾਡੇ ਦੇ ਪਿਓ YouTube ਚੈਨਲ ਨਸੀਮ ਅਫੀਸ਼ੀਅਲ। ਅੱਜ ਛੁੱਟੀ ਹਾਈ ਸਕੂਲੋਂ ਇਕਬਾਲ ਡੇ ਦੇ ਹਵਾਲੇ ਦੇ ਨਾਲ ਹੁਣੇ 12:30 ਹੋ ਗਏ ਨੇ। ਅੱਧੇ ਘੰਟੇ ਬਾਅਦ ਮੈਂ ਸ਼ੁਰੂ ਥੀਦਾ ਪਿਆ। ਇਸ ਵਕਤ ਮੈਨੂੰ ਸ਼ਦੀਦ ਕਿਸਮ ਦੀ ਭੁੱਖ ਲੱਗੀ ਖੜੀ ਹੈ। ਘਰ ਵਾਲੇ ਘਰ ਮੌਜੂਦ ਕਾਨੇ, ਮੈਂ ਆਪਣਾ ਖਾਣਾ ਖੁਦ ਤਿਆਰ ਕਰੀ ਨਾ, ਉਹ ਵੀ ਤੁਹਾਨੂੰ ਦਿਖਾਉਂਦੇ ਕਿ ਮੈਂ ਆਪਣਾ ਖਾਣਾ ਕਿਸ ਤਰੀਕੇ ਖੁਦ ਤਿਆਰ ਕਰੀ ਨਾ ਔਰ ਕਿਸ ਤਰੀਕੇ ਆਪਣਾ ਤਿਆਰ ਕਰਕੇ ਖਾਵਣ ਦੀ ਮਜ਼ਾ ਹੋ ਰਹੇ। ਘਰ ਵਾਲੇ ਤਿਆਰ ਕਰਕੇ ਖਵਾਵੇ ਨਾ, ਇਤਨੀ ਚਸ ਨਹੀਂ ਆਉਂਦੀ ਜਿਲੇ ਬੰਦਾ ਖੁਦ ਅੱਗ ਦੇ ਉੱਤੇ ਬਹਿ ਕੇ ਆਪਣਾ ਖਾਣਾ ਖੁਦ ਤਿਆਰ ਕਰੇ ਨਾ, ਉਸਦੀ ਲੱਜ਼ਤ ਉਸਦਾ ਮਜ਼ਾ ਵੀ ਹੋ ਰਹੇ। ਮੈਂ ਤਿਆਰ ਕਰੀ ਨਾ, ਉਹ ਵੀ ਨਾਲ ਨਾਲ ਤੁਸੀਂ ਚੈੱਕ ਕਰੋ ਕਿ ਮੇਰਾ ਖਾਣਾ ਕਿਸ ਤਰੀਕੇ ਐਮਰਜੈਂਸੀ 20 ਮਿੰਟਾਂ ਜਾਂ 15 ਮਿੰਟਾਂ ਕਿਸ ਤਰੀਕੇ ਤਿਆਰ ਥੀ ਸਕਦਾ। ਉਸ ਤੋਂ ਪਹਿਲੇ ਮੈਚ ਦੇਖਣ ਤੋਂ ਪਹਿਲੇ, ਖਾਣਾ ਖਾਵਣ ਤੋਂ ਔਰ ਖਾਣਾ ਚੈੱਕ ਕਰਨ ਤੋਂ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰ ਗਏ ਸੋ, ਵੀਡੀਓ ਲਾਈਕ ਕਰ ਗਏ ਸੋ। ਬਾ ਸ਼ੁਰੂ ਕਰੀਂਦੇ ਅੱਜ ਦੀ ਰੂਟੀਨ ਦੇ ਵਸਲ ਔਰ ਪਿਆਜ਼ ਯਾਨੀ ਕਾਲੀਆਂ ਮਿਰਚਾਂ ਔਰ ਨਿਮਕ ਇਹ ਮੈਂ ਕੱਟੇ ਔਰ ਇਹ ਅੰਡਾ। ਉਸ ਤੋਂ ਬਾਅਦ ਉਹ ਸਾਹਮਣੇ ਤਵਾ ਹੈ, ਉਹ ਇਸ ਉੱਤੇ ਸਟੇ ਸੂ ਬਾਅਦ ਉੱਤੇ ਗਰਮ ਕਰਕੇ ਘੀ ਦੇ ਵਿੱਚ ਇਸ ਨਾਲ ਇਹਨਾਂ ਪਹਿਲੇ ਚੰਗਾ ਅੱਛੀ ਤਰ੍ਹਾਂ ਦੇ ਭੁੰਨ ਕੇ ਉਸਦੇ ਵਿੱਚ ਅੰਡਾ ਮਿਕਸ ਕਰੇ ਸੂ ਔਰ ਬਿਹਤਰੀਨ ਜਿਹਾ ਖਾਣਾ ਬਣ ਸੀ। ਮੈਂ ਤੁਹਾਨੂੰ ਚੈੱਕ ਕਰਿਆ ਦਾ ਬਾਅਦ ਅਸੀਂ ਇਸੇ ਸਟੀਨੇ ਪਿਆਜ਼ ਵੀ ਸੱਟ ਛੋੜੇ ਅਤੇ ਹੁਣ ਅੱਛੀ ਤਰ੍ਹਾਂ ਦੇ ਜਿਹੜੇ ਭੁੰਨ ਵੈਸੇ ਇਹਨਾਂ ਦੇ ਵਿੱਚ ਅੰਡਾ ਮਿਕਸ ਕਰੇ ਸੂ ਬਹੁਤ ਮਜ਼ਾ ਆ ਸੀ। ਹੁਣ ਲਾਲ ਲਾਲ ਹੋ ਗਏ ਇਹਨਾਂ ਦੇ ਵਿੱਚ ਅੰਡਾ ਮਿਕਸ ਥੀ ਹੋਇਆ ਪਿਆ, ਕੋਸ਼ਿਸ਼ ਕਰੀਦੇ ਹਾਂ ਮਿਕਸ ਅੱਛੇ ਤਰੀਕੇ ਨਾਲ। ਅਸੀਂ ਠੀਕ ਹੈ ਅੰਡਾ ਮਿਕਸ ਹੁਣ ਅੱਛੇ ਤਰੀਕੇ ਨਾਲ ਨਾ ਬਣ ਸੀ ਬੈਠਾ ਔਰ ਮੈਨੂੰ ਬੜੀ ਨਾ ਗਰਮੀ ਥੀ ਲੱਗ ਗਈ ਹੈ। ਤਿਆਰ ਥੀ ਕੇ ਸਾਡੇ ਸਾਹਮਣੇ ਆ ਗਿਆ ਅੰਡਾ, ਅਸਾਂ ਇਹ ਖਾਂਦੇ ਜਿਸ ਬਿਰਾ ਖਾਵਣਾ ਹੋਵੇ ਕਮੈਂਟ 'ਚ ਬਲਕਿ ਆ ਵਜੋ ਕਮੈਂਟ 'ਚ ਕਿਆ ਦੱਸਣਾ ਹੈ। ਲੇਕਿਨ ਥੋੜ੍ਹਾ ਜਿਹਾ ਨਿਮਕ ਕੰਮ ਹੈ, ਅਗਰ ਖਾਵਣਾ ਤਾਂ ਆ ਸਕਦੇ ਵੇ ਵੈਲਕਮ ਵੈਲਕਮ ਵੈਲਕਮ, ਅਗਰ ਨਹੀਂ ਖਾਵਣਾ ਤਾਂ ਸਾਡੇ ਵਾਸਤੇ ਦੁਆ ਕਰਿਓ ਸੋ, ਕਮੈਂਟ 'ਚ ਲਾਜ਼ਮੀ ਦੱਸਿਆ ਸੋ। ਤਾਂ ਦੋ ਬੈਡ ਨਿਊਜ਼ ਹਨ ਅੱਜ ਮੇਰੇ ਵਾਸਤੇ, ਇੱਕ ਤਾਂ ਮੈਂ ਤੁਹਾਨੂੰ ਹੁਣੇ ਹੀ ਦੱਸ ਰਹੀ ਨਾ, ਲੇਕਿਨ ਇੱਕ ਮੈਂ ਤੁਹਾਨੂੰ ਥੋੜ੍ਹੀ ਦੇਰ ਤੱਕ ਦੱਸਿਆ ਸਾਂ ਮੈਚ ਹੋਣ ਤੋਂ ਬਾਅਦ, ਕਿਉਂਕਿ ਉਹ ਡਿਟੇਲ ਹੀ ਤੁਹਾਨੂੰ ਦੱਸਣੀ ਪਊ ਸੀ। ਲੇਕਿਨ ਜਿਹੜੀ ਹੁਣੇ ਨਾ ਉਹ ਮੈਂ ਤੁਹਾਨੂੰ ਇੱਥੋਂ ਖੜ੍ਹੇ ਹੋ ਕੇ ਦਿਖਾ ਰਹੀ ਨਾ। ਇੱਕ ਧਚਕਾ ਜਿਹਾ ਲੱਗਾ, ਯਕੀਨ ਮੰਨੋ ਬਈ ਹੁਣ ਇਸ ਟਾਈਮ ਜ਼ਿਹਨ ਬੜਾ ਅਪਸੈਟ ਹੈ। ਪਹਿਲੇ ਬੜੀ ਖੁਸ਼ੀ ਆਈ ਕਿਉਂਕਿ ਮੈਚ ਵੀ ਆਈ ਨਾਲ, ਮੈਚ ਦੇ ਨਾਲ ਮਜ਼ੇ ਦੀ ਗੱਲ ਹੈ ਕਿ ਛੁੱਟੀ ਹੋ ਗਈ ਆਈ, ਲੇਕਿਨ ਹੁਣ ਉਹ ਸਾਰਾ ਕੰਮ ਜਿਹੜਾ ਅਫਸੁਰਦਾ ਅਫਸੁਰਦਾ ਹੋ ਗਿਆ, ਉਹ ਮੈਂ ਤੁਹਾਨੂੰ ਚੈੱਕ ਕਰਿਆ। ਮੇਰੀ ਉਹ ਜਿਹੜੀ ਚਿੱਟੀ ਵਛੇਰੀ ਹੈ ਉਹ ਇਸ ਟਾਈਮ ਦਰਦ 'ਚ ਬੇਹੋਸ਼ ਪਿਆ ਹੈ, ਉਸਨੂੰ ਬਹੁਤ ਸ਼ਦੀਦ ਕਿਸਮ ਦਾ ਦਰਦ ਪਿਆ ਪਿਆ। ਦੁਆ ਕਰੋ, ਡਾਕਟਰ ਨੂੰ ਕਾਲ ਤਾਂ ਕੀਤੀ ਹੈ, ਡਾਕਟਰ ਆ ਵੈਂਦਾ, ਦੁਆ ਕਰੋ ਇਹ ਸੈੱਟ ਥੀ ਵਜੇ, ਕਿਉਂਕਿ ਅਗਰ ਇਹ ਖਰਾਬ ਰਹੀ ਤਾਂ ਇਤਨਾ ਤੱਕ ਸਾਨੀ ਵੀ ਸਾਹ ਆਉਂਦੇ ਵੈਂਦੇ ਰਾਸਨ, ਕਿਉਂਕਿ ਇਸ ਨੂੰ ਬੜਾ ਸ਼ਦੀਦ ਕਿਸਮ ਦਾ ਦਰਦ ਪਿਆ ਪਿਆ, ਪਤਾ ਨਹੀਂ ਦਰਦ ਕਿਸ ਕਿਸਮ ਦਾ। ਲਾਜ਼ਮੀ ਇਸ ਵਾਸਤੇ ਦੁਆ ਕਰੇ ਸੋ ਕਿ ਅੱਲਾਹ ਤਾਲਾ ਇਸ ਨੂੰ ਸਿਹਤ ਦੇਵੇ। ਸੁਬਹ ਦੀ ਨਾ ਪਾਸਿਆਂ ਦੇ 12 ਰੁਪਈਏ ਮੈਨੂੰ ਹੁਣ ਦੱਸਿਆ ਘਰ ਵਾਲਾ ਆਰਾਮ ਆਏ ਟੀਕਾ ਲਾ ਛੋੜਾ ਨੇ ਦਰਦ ਬਹੁਤ ਜ਼ਿਆਦਾ ਵੱਧ ਗਿਆ। ਇਸ ਨੂੰ ਕੋਈ ਬੋਤਲ 'ਚ ਡ੍ਰਿਪ ਲੈਣੇ, ਉਸ ਵਿੱਚ ਕੋਈ ਇੰਜੈਕਸ਼ਨ ਵਗੈਰਾ ਮਿਲਾ ਕੇ, ਦਰਦ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ। ਭਾਈ ਸ਼ੋਦੀ ਤੜਪਦੀ ਹੈ ਇਹਨਾਂ ਦੀ, ਡੂ ਮਿਲੇ ਸੀ ਕਿ ਮੈਂ ਡਰਦਾ ਲੱਗੇ ਖੜੇ ਸਰ। ਅੱਗੇ ਕਿਧਰੇ ਲੱਗੇ ਖੜੇ ਸਰ? ਅੱਗੇ ਮੈਂ ਠੀਕ ਲੈਣੇ ਬੋੜੀ ਕਢਾਉਣੀ ਪਿਆ ਤੇ ਵਛੇਰੀ ਛੋਦੀ ਬੜੀ ਮੁੰਝ ਥੀ ਦੀ ਪਈ ਹੈ। ਸਹੀ ਲੈ ਸਹੀ ਉਹ ਨਹੀਂ ਛੋਦੀ ਤੇ ਨਿਕਤ ਲੱਗਿਆ ਉਹ ਤਾਂ ਨਹੀਂ ਜੇ ਨਸੀ ਮੋਤਲ
ये देख आ पांच ले कार के लगा भाई तू तो बोल जा वो तो हल्ला नहीं जैसे के पाकिस्तान बड़ी आसानी दे नाल फाइनल दे अंदर पहुंच गया है और इंशाल्लाह उम्मीद है कि जिस तरीके आज खेले फाइनल इसे तरीके खेलसन और दूजी खुशी ये है एक मिनट मैनू कंडा गया लग दूजी खुशी ये है कि इस वक्त वछेरी ने भी सुकून आ गया शायद पाकिस्तान दे जितने की खुशी अस या बोतल लाई से उस वजह तू ना इस टाइम सुकून च खड़ी है मैं थोड़ा दिखा ना तो सुकून च खड़ी है हूँ हूँ बेहतरीन खड़ी है थोड़िया दुआवां दे नाल सारिया दुआवां दे नाल इस वक्त हूँ इस टाइम फ्रैश मूड खड़ी है जो बोतल ही लगी है चार इंजैक्शन भी लगे ये देखो ना बोतल लाई से ना खून भी निकलना लग गया है सामने जी आए के पॉइंट स्कोरिंग असा सब तू तले तले आसे वत ऐसा वक्त आया कि असा फाइनल के अंदर पहुँच गए हैं तो वह कुरान की कहत इन्ना फबे आई है आला ए रबी कुमा तू कज़बान कि तुसा अपने रब दियाँ केड़िया नियमतां जुट लै सो उतार तू जवाल वाली साइड दे रावणी ये अल्लाह तबारक व तआला दे तरफों और जवाल तू किसे बादशाही भी अता करना क्योंकि अल्लाह तबारक व तआला जिस टाइम चाहे जैन इज्जतां नाल नवाज छोड़े जिस टाइम चाहे उसनू जिल्लतां नाल जैनू चाहे बादशाही अता करे जैन चाहे गदाई अता करे तो रब तआला दी कुदरत दा निज़ाम है कदा ही मायूस नहीं थीवना चाहिए कदा ही नाकामी नू अपने सामने रख के अपनी जिंदगी नू रोक नहीं देना चाहिए पाकिस्तान दे इस दफ़ा फाइनल वंजन दे विच काफ़ी सारे लोगों नू मोटिवेशन भी मिलती पई है कि हाँ जिंदगी अगर काफ़ी सारे उतारो चढ़ाओ अगर आंदे पैन और इंसान की कश्ती अगर डगमगांदी पई है तो उसका कामिल भरोसा है रब ताला दी ज़ात ते अल्लाह तबारक व ताला उस दे उस भरोसे दे सदके उस नू उदी कश्ती नू डगमगावण तो बचा के समंदर दे पार कर सकदे हैं तो छोटा जिहा मैसेज आई अज्ज दे इस व्लॉग दा अपनी जिंदगी नू खुश रखो आप भी खुश रहो अपनी जिंदगी इंजॉय करो लोगों भी इंजॉय कराओ अपने चेहरे ते मुस्कुराहट सजाओ जितना तक कोशिश हो सके अपनी जात को दूजा फायदा पहुँचाओ अपनी जात को दूजा नफ़ा पहुँचाओ यही जिंदगी है इसी जिंदगी दे विच इंसान ने जो कुछ कमावना कमा गिन सी लेकिन सब तो ज़्यादा कमावना है कि अपनी जात को दूजा नफ़ा पहुँचाओ मिलते हैं कल दे व्लॉग विच वालेकुम अस्सलाम।